ਅਪਡੇਟ ਆਈਆਂ ਉਹਨਾਂ ਨੂੰ ਪਹਿਲਾਂ ਵੀ ਦੱਸਿਆ ਗਿਆ ਵੀ ਇਹ ਬਹੁਤ ਗਲਤ ਚੱਲਦੇ ਆ, ਨਾਲ ਪ੍ਰਸ਼ਾਸਨ ਨੂੰ ਵੀ ਦੱਸਿਆ ਗਿਆ, ਨਾਲ ਵੀ ਕੋਈ ਧਿਆਨ ਦਿੱਤਾ ਜਾਵੇ, ਇਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ, ਇੰਨੀ ਅਣਗਹਿਲੀ ਕਰਦੇ, ਕਈ ਐਕਸੀਡੈਂਟ ਸਾਡੇ ਪਿੰਡ 'ਚ ਪਹਿਲਾਂ ਵੀ ਹੋ ਚੁੱਕੇ। ਭਤੀਜਾ ਲੱਗਦਾ ਸੀਗਾ ਜੀ, ਮੈਂ ਤਾਏ ਦੇ ਲੜਕੇ ਦਾ ਸੀਗਾ ਬੇਟਾ ਜੀ, ਤਾਂ ਉਹ ਸਕੂਲੇ ਆਇਆ ਸੀਗਾ, ਤਾਂ ਇੱਥੇ ਟਰੱਕ ਵਾਲੇ ਨੇ ਬੈਕ ਕਰਦਿਆਂ ਉਹਦਾ ਕਰ ਦਿੱਤਾ ਜੀ, ਇੱਦਾਂ ਕਿ ਮੋਰਲੇ ਟਾਇਰ ਸਾਰੇ ਡਰਾਈਵਰ ਸਾਈਡ ਦੀ ਟਾਇਰ ਸੀਗਾ ਜੀ, ਮੁੰਡਾ ਜਾਣੀ ਕਿ ਬਚਿਆ ਨਹੀਂ, ਡਰਾਈਵਰ ਦੀ ਬਹੁਤ ਨਗੇਲੀ ਹੋਈ ਹੈ ਇੱਥੇ ਜੀ, ਉਹਨੇ ਕੀਤਾ ਇੱਦਾਂ ਜੀ। ਅੱਗੇ ਪਹਿਲਾਂ ਵੀ ਜਿੱਦਾਂ ਸੀਗਾ ਵੀ ਇਹਨਾਂ ਨੂੰ ਸਮਝਾਉਂਦੇ ਸੀ ਵੀ ਹੌਲੀ ਚੱਲੋ, ਇਹ ਬੰਦੇ ਨਾਲ ਹੌਲੀ ਬਿਲਕੁਲ ਨਹੀਂ ਚਲਾਉਂਦੇ ਹੈਗੇ, ਅੱਗੇ ਸਵੇਰੇ ਸ਼ਾਮ ਇਹਨਾਂ ਨੂੰ ਇਹ ਕਹਿੰਦੇ ਆ ਵੀ ਹੌਲੀ ਚੱਲੋ ਤੁਸੀਂ, ਵੀ ਬਿਲਕੁਲ ਹੌਲੀ ਨਹੀਂ ਚੱਲਦੇ, ਇਹਨਾਂ ਦੀ ਗਲਤੀ ਦਾ ਕਰਕੇ ਡਰਾਈਵਰ ਸਾਈਡ ਦੀ ਟਾਇਰ ਦੇ ਥੱਲੇ ਹੀ ਆ ਕੇ ਇਹ ਜਿਹੜੇ ਹੋਇਆ ਕੰਮ ਹੋਇਆ, ਬੱਚੇ ਦੀ ਜਾਨ ਗਈ ਹੈ। ਜਿਹੜੇ ਟਿੱਪਰ ਚੱਲਦੇ ਨਾ ਮਿੱਟੀ ਵਾਲੇ ਜੀ, ਇਹਨਾਂ ਦਾ ਸਾਡੇ ਸਕੂਲ ਦੇ ਵਿੱਚ ਭਰਤੀ ਦਾ ਕੰਮ ਚੱਲਣ ਦਿਆ ਸੀ, ਤੇ ਉਹ ਸਕੂਲ ਦਾ ਬੱਚਾ ਸੀ, ਸਕੂਲੋਂ ਬੱਚਾ ਸੀ, ਉਹ ਛੁੱਟੀ ਮਤਲਬ ਉਹ ਵਿਚਾਰਾ ਆਇਆ ਬਾਹਰ ਆਇਆ ਬੈਗ ਲੈ ਕੇ ਘਰ ਨੂੰ ਜਾਂਦਾ ਸੀ, ਤੇ ਇਹ ਟਿੱਪਰ ਬੈਗ ਆਉਣ ਦਿਆ ਸੀ, ਤੇ ਡਰਾਈਵਰ ਦੀ ਅਣਗਹਿਲੀ ਕਰਕੇ ਉਹਨੇ ਵੇਖਿਆ ਨਹੀਂ, ਤੇ ਉਹਨੇ ਮਤਲਬ ਬੱਚੇ ਨੂੰ ਟਿੱਪਰ ਦੇ ਥੱਲੇ ਦੇ ਤਾ। ਇਹ ਮਤਲਬ ਅੱਜ ਦੀ ਨਹੀਂ ਗੱਲ, ਟਿੱਪਰ ਰੋਜ਼ ਹੀ ਸੜਕ ਦੇ ਉੱਤੇ ਇੰਨੇ ਕੁ ਗਲਤ ਚੱਲਦੇ ਹਨ, ਪਹਿਲੀ ਗੱਲ ਤਾਂ ਇਹਨਾਂ ਨੇ ਕਿਸੇ ਨੂੰ ਸਾਈਡ ਨਹੀਂ ਦੇਣੀ, ਇਹਨਾਂ ਨੇ ਕੱਲ੍ਹ ਵੀ ਸਾਡੇ ਪਿੰਡ ਹੀ ਇੱਥੇ ਟਰੈਕਟਰ ਦੇ ਵਿੱਚ ਮਾਰਿਆ ਟਿੱਪਰ, ਇਹੀ ਡਰਾਈਵਰ ਇਹੀ ਟਿੱਪਰ, ਇਹਨਾਂ ਮਤਲਬ ਬਹੁਤ ਜ਼ਿਆਦਾ ਦੀਆਂ ਕੰਪਲੇਂਟ ਆਈਆਂ, ਇਹਨਾਂ ਨੂੰ ਪਹਿਲਾਂ ਵੀ ਦੱਸਿਆ ਗਿਆ ਵੀ ਇਹ ਬਹੁਤ ਗਲਤ ਚੱਲਦੇ ਆ, ਨਾਲ ਪ੍ਰਸ਼ਾਸਨ ਨੂੰ ਵੀ ਦੱਸਿਆ ਗਿਆ, ਨਾਲ ਵੀ ਕੋਈ ਧਿਆਨ ਦਿੱਤਾ ਜਾਵੇ, ਇਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ, ਇੰਨੀ ਅਣਗਹਿਲੀ ਕਰਦੇ, ਕਈ ਐਕਸੀਡੈਂਟ ਸਾਡੇ ਪਿੰਡ 'ਚ ਪਹਿਲਾਂ ਵੀ ਹੋ ਚੁੱਕੇ, ਅੱਜ ਜੇ ਬੱਚੇ ਦੀ ਜਾਣ ਗਈ ਹੈ ਨਾ, ਤਾਂ ਉਹ ਵੀ ਇਹ ਟਿੱਪਰ ਵਾਲਿਆਂ ਦੀ ਗਲਤੀ ਕਰਕੇ, ਪ੍ਰਸ਼ਾਸਨ ਦੀ ਗਲਤੀ ਕਰਕੇ ਗਈ ਆ, ਡਰਾਈਵਰ ਦੀ ਗਲਤੀ ਕਰਕੇ ਗਈ ਆ, ਉਹਨੇ ਦੇਖਿਆ ਨਹੀਂ ਬੱਚੇ ਨੂੰ, ਉਹਨੇ ਮਤਲਬ ਥੱਲੇ ਦੇ ਤਾ।